ਮੈਂ ਲੇਹ ਦੀ ਮਾਰਕੀਟ ਦੇ ਵਿੱਚ ਆਇਆ ਹੋਇਆ ਸੀਗਾ ਕਾਫੀ ਕੈਂਟ ਮਾਰਕੀਟ ਬਣੀ ਹੋਈ ਹੈ ਬਟ ਮਾਸਕ ਤੋਂ ਲੈ ਕੇ ਕਾਫੀ ਜ਼ਿਆਦਾ ਸਟ੍ਰਿਕਨੈਸ ਹੈ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਸਟ੍ਰਿਕਨੈਸ ਹੈ ਕਾਫੀ ਜ਼ਿਆਦਾ ਕੋਵਿਡ ਨੂੰ ਫੋਲੋ ਕੀਤਾ ਜਾਂਦਾ ਨਾਲ ਦੀ ਨਾਲ ਇੱਕ ਮਿੰਟ ਵੀ ਜੇ ਬੰਦਾ ਮਾਸਕ ਡਾਊਨ ਵੀ ਕੀਤਾ ਹੋਇਆ ਚਾਹੇ ਬੰਦੇ ਨੇ ਮਾਸਕ ਲਗਾਇਆ ਹੋਇਆ ਬੰਦੇ ਨੂੰ ਫਾਈਨ ਕਰਦੇ ਆ 500 ਰੁਪਏ ਦਾ ਐਂਡ ਬਾਕੀ ਸਮੋਕਿੰਗ ਬੈਨ ਹੈ ਕਾਫੀ ਕੁਛ ਬਹੁਤ ਵਧੀਆ ਇਲਾਕੇ ਨਾਲ ਮਤਲਬ ਕੰਪਲੀਟ ਪੂਰੀ ਪਲਾਸਟਿਕ ਵਗੈਰਾ ਵੀ ਬੈਨ ਹੈ ਕਾਫੀ ਵਧੀਆ ਸ਼ਹਿਰ ਬਣਿਆ ਹੋਇਆ ਕਾਫੀ ਮੈਂਟੇਨ ਹੈ ਸਟ੍ਰਿਕਨੈਸ ਕਾਫੀ ਜ਼ਿਆਦਾ ਇਹ ਵਧੀਆ ਬੈਨੀਫਿਟ ਆਪਾਂ ਲੋਕਾਂ ਨੂੰ ਬੈਨੀਫਿਟ ਹੈ ਕਾਫੀ ਜ਼ਿਆਦਾ ਸਟ੍ਰਿਕਨੈਸ ਦਾ ਇਹ ਮੈਂ ਹੋਲ ਆਫ ਫੇਮ ਸੀ ਹੋਲ ਆਫ ਫੇਮ ਕੁਛ ਖਾਸ ਤਾਂ ਹੈ ਨਹੀਂ ਦੇਖਣ ਨੂੰ ਠੀਕ ਹੈ ਅਗਰ ਐਡਵੈਂਚਰ ਤੋਂ ਵਿਦਆਊਟ ਕੁਛ ਦੇਖਣਾ ਮਿਊਜ਼ੀਅਮ ਟਾਈਪ ਇਹ ਦੇਖ ਸਕਦਾ ਬਾਕੀ ਨੋਰਮਲ ਜੀ ਚੀਜ਼ ਹੀ ਹੈ ਕੁਛ ਜ਼ਿਆਦਾ ਠੀਕ ਠਾਕ ਹੀ ਹੈ ਆਈ ਕਾਂਟ ਇੱਕ ਤੁਸੀਂ ਟਾਈਮ ਘੱਟ ਹੀ ਹੈ ਫਿਰ ਕੋਈ ਫਾਇਦਾ ਨਹੀਂ ਇੱਥੇ ਵਿਜ਼ਿਟ ਕਰਕੇ ਆਉਣ ਦਾ ਕਿਹੜਾ ਤੁਸੀਂ ਸਾਹਮਣੇ ਬੰਦਾ ਦੇਖ ਰਹੇ ਹੋ ਹੈਟਸ ਆਫ ਟੂ ਦੈਟ ਪਰਸਨ ਇਹ ਬੰਦਾ ਲਾਈਕ ਕੇਰਲਾ ਤੋਂ ਚੱਲਿਆ ਸਿੰਗਾਪੁਰ ਜਾ ਰਿਹਾ ਮੈਨੂੰ ਇਹ ਲੇਹ ਮਿਲਿਆ ਸੀ ਪਹਿਲਾਂ ਮੈਂ ਇੰਸਟਾਗ੍ਰਾਮ 'ਤੇ ਦੇਖਿਆ ਹੋਇਆ ਸੀ ਬੰਦਾ ਸਾਈਕਲ 'ਤੇ ਜਾ ਰਿਹਾ ਦੈਟਸ ਕਾਫੀ ਗ੍ਰੇਟ ਹੈ ਅਤੇ ਬਾਕੀ ਇਹ ਹੁਣ ਮੈਂ ਮੈਗਨੈਟਿਕ ਹਿੱਲ ਸੀਗਾ ਮੈਗਨੈਟਿਕ ਹਿੱਲ ਦੇ ਕਾਫੀ ਘੈਂਟ ਚੀਜ਼ ਹੈ ਇੱਥੇ ਕੀ ਹੈ ਕਿਹੜੀ ਹਿੱਲ ਬਣੀ ਹੋਈ ਹੈ ਇੱਕ ਹਿੱਲ ਦੇ ਵਿੱਚ ਆਪਾਂ ਜੇ ਕਾਰ ਨੂੰ ਆਪਾਂ ਨਿਊਟਰਲ 'ਤੇ ਖੜਾ ਰਹੀਏ ਕਾਰ ਹੈ ਕਿਹੜੀ ਅਪ ਦਾ ਹਿੱਲ ਮੂਵਮੈਂਟ ਦੇ ਵਿੱਚ ਆਪਣੇ ਆਪ ਜਾਂਦੀ ਹੈ ਕਿਉਂਕਿ ਡਿਊ ਟੂ ਮੈਗਨੈਟਿਕ ਪਾਵਰ ਇਹ ਵੀ ਵਧੀਆ ਚੀਜ਼ ਹੈ ਕਾਫੀ ਇੰਜੋਏ ਕਰਨ ਵਾਲੀ ਚੀਜ਼ ਹੈ ਬਾਕੀ ਸਾਹ ਬੜੀ ਫੁੱਲਦੀ ਹੈ ਯਾਰ ਇੱਥੇ ਬੋਲਣ ਦੇ ਵਿੱਚ ਕਾਫੀ ਜ਼ਿਆਦਾ ਲੇਹ ਸਿਟੀ ਦੇ ਵਿੱਚ ਤੁਸੀਂ ਗੁਰਦੁਆਰਾ ਪੱਟੀ ਸਾਹਿਬ ਵੀ ਵਿਜ਼ਿਟ ਕਰ ਸਕਦੇ ਹੋ ਇਹ ਅਬਾਊਟ 25 ਕਿਲੋਮੀਟਰ ਦੂਰ ਹੋਣਾ ਲੇਹ ਸਿਟੀ ਤੋਂ ਅਤੇ ਬਸ ਇਤਿਹਾਸ ਹੈ ਗੁਰੂ ਨਾਨਕ ਦੇਵ ਦੇ ਰਿਲੇਟਡ ਕੀ ਇਤਿਹਾਸ ਹੈ ਪਰ ਠੀਕ ਹੈ ਅਗਰ ਤੁਸੀਂ ਧਾਰਮਿਕ ਸ਼ਰਧਾ ਰੱਖਦੇ ਹੋ ਤਾਂ ਇੱਥੇ ਵਿਜ਼ਿਟ ਕਰ ਸਕਦੇ ਹੋ ਕਿੱਥੇ ਪਾਣੀ ਦੀ ਟੈਂਸ਼ਨ ਅਲੱਗ ਅਲੱਗ ਹੈ ਤੁਸੀਂ ਦੇਖ ਸਕਦੇ ਹੋ ਮਿਕਸ ਨਹੀਂ ਹੋ ਰਹੀ ਵੋਟਰ ਕਿਉਂਕਿ ਕਿਉਂ ਨਹੀਂ ਪਾਣੀ ਦੀ ਟੈਂਸ਼ਨ ਅਲੱਗ ਅਲੱਗ ਹੈ ਇਹ ਨਾਲ ਹੀ ਉਹਦੇ ਕੈਫੇ ਵੀ ਬੜਾ ਘੈਂਟ ਹੈ ਇੱਥੇ ਵਰਲਡ ਹਾਈਐਸਟ ਰਾਫਟਿੰਗ ਪੁਆਇੰਟ ਹੈ ਇੱਥੇ ਪਰ ਰਿਸ਼ਕੇਸ਼ ਨਾਲੋਂ ਤਾਂ ਕੁਛ ਜ਼ਿਆਦਾ ਬੈਟਰ ਨਹੀਂ ਹੈਗੀ ਪਰ ਅਗਰ ਤੁਸੀਂ ਕਦੇ ਰਾਫਟਿੰਗ ਦੇ ਇੱਕ ਵਾਰ ਐਕਸਪੀਰੀਅੰਸ ਕਰਨਾ ਤਾਂ ਰਿਸ਼ਕੇਸ਼ ਕਰਿਓ ਬਟ ਤੁਸੀਂ ਉਹਦੇ ਵੀ ਕਰ ਸਕਦੇ ਹੋ ਨਾਲ ਕੈਫੇ ਕਾਫੀ ਘੱਟ ਕੈਫੇ ਹੈ ਨਾਲ ਮੈਗਨੈਟਿਕ ਹਿੱਲ ਤੋਂ ਥੋੜ੍ਹੀ ਅਬਾਊਟ 5 ਕਾਫੀ ਘੈਂਟ ਹੈ ਵਿਜ਼ਿਟ ਕਰਕੇ ਦੇਖਿਓ ਐਕਸਪੀਰੀਅੰਸ ਕਰਕੇ ਦੇਖਿਓ ਕਿ ਦੋ ਟੈਸਟੀ ਪੁਆਇੰਟ ਨੇ ਦੋ ਪਾਣੀ ਮਿਕਸ ਨਹੀਂ ਹੋ ਰਿਹਾ ਕਿਉਂਕਿ ਅਲੱਗ ਅਲੱਗ ਟੈਸਟੀ ਹੈ ਐਂਡ ਲੇਹ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਦੋ ਤਿੰਨ ਸ਼ਾਂਤੀ ਸਤੂਪਾ ਆਇਆ ਹੋਇਆ ਸੀਗਾ ਕਾਫੀ ਵਧੀਆ ਕਾਫੀ ਵਿਜ਼ਿਟ ਕਰ ਸਕਦਾ ਆਪਾਂ ਇਹਨੂੰ ਵਿਜ਼ਿਟ ਨੂੰ ਇੰਕਲੂਡ ਕਰ ਸਕਦਾ ਵਨ ਡੇ ਵਿਜ਼ਿਟ ਦੇ ਵਿੱਚ ਵਨ ਡੇ ਵਿਜ਼ਿਟ ਮਤਲਬ ਲੇਹ ਦੇ ਲੋਕਲ ਚੀਜ਼ਾਂ ਘੁੰਮਣ ਵਾਸਤੇ ਉਹਦੇ ਵਿੱਚ ਬੰਦਾ ਮੈਗਨੈਟਿਕ ਹਿੱਲ ਜਾ ਸਕਦਾ ਨਿੰਮੂ ਜਾ ਸਕਦਾ ਗੁਰਦੁਆਰਾ ਪੱਥਰ ਸਾਹਿਬ ਉੱਥੇ ਜਾ ਸਕਦਾ ਸ਼ਾਂਤੀ ਸਤੂਪਾ ਜਾ ਸਕਦਾ ਇੱਕ ਹੋਰ ਹੈ ਲੇਹ ਪੈਲਸ ਉੱਥੇ ਜਾ ਸਕਦਾ ਕਾਫੀ ਸੋਹਣਾ ਬਣਿਆ ਹੋਇਆ ਪੂਰਾ ਇਹ ਇੱਕ ਹਿੱਲ ਦੀ ਹਾਈਟ 'ਤੇ ਪਹਾੜੀ 'ਤੇ ਬਣਿਆ ਹੋਇਆ ਪੂਰਾ ਲੇਹ ਸ਼ਹਿਰ ਦਿਖ ਰਿਹਾ ਉੱਤੋਂ ਦੀ ਕਾਫੀ ਵਧੀਆ ਬਣਿਆ ਹੋਇਆ ਦੇਖੋ ਅੱਜ ਡੇ 3 ਅਸੀਂ ਨੁਬਰਾ ਵੈਲੀ ਜਾ ਰਹੇ ਹਾਂ ਵਾਇਆ ਖਾਰਦੁੰਗਲਾ ਪਾਸ ਕਿਹੜਾ ਕਿ ਵਰਲਡ ਹਾਈਐਸਟ ਪਾਸ ਹੈ ਇੱਥੇ ਸਾਰੀ ਡਾਇਮੋਕਸ ਮੈਡੀਸਨ ਹੈ ਕਿਹੜੀ ਆਕਸੀਜਨ ਦੀ ਕਮੀ ਨਹੀਂ ਹੁੰਦੀ ਉਹ ਵੀ ਲੈ ਲਈ ਅਤੇ ਆਕਸੀਜਨ ਸਟੈਂਡ ਵੀ ਲੈ ਲਿਆ ਥੋੜ੍ਹੇ ਕਈ ਵਾਰ ਕਹਿੰਦੇ ਸੇਫਟੀ ਪ੍ਰੀਕੋਸ਼ਨ ਲਈ ਚੱਕ ਲਏ ਕਈ ਵਾਰ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਹੁੰਦੀ ਵੈਸੇ ਨੋਰਮਲੀ ਕੋਈ ਪ੍ਰੋਬਲਮ ਹੁੰਦੀ ਹੈਗੀ ਦੇਖੋ ਜ਼ਰੂਰੀ ਕਦੋਂ ਆਪਾਂ ਕਿ ਖਾਰਦੁੰਗਲਾ ਜਾ ਰਹੇ ਹਾਂ ਇਹ ਵਹੀਕਲ ਓਨਰ ਹੈ ਕਿਹੜਾ ਉਹਦੀ ਆਧਾਰ ਕਾਰਡ ਅਤੇ ਆਰਸੀ ਜ਼ਰੂਰ ਰੱਖਿਓ ਕਿਉਂਕਿ ਉਹ ਚੈੱਕ ਕਰਦੇ ਨੇ ਵਹੀਕਲ ਓਨਰ ਦੀ ਆਰਸੀ ਅਤੇ ਆਧਾਰ ਕਾਰਡ ਓਨ ਦਾ ਵੇ ਟੂ ਖਾਰਦੁੰਗਲਾ ਇੱਕ ਸਾਊਥ ਪੁਲੂ ਨਾਮ ਦੀ ਜਗ੍ਹਾ ਕਿੱਥੇ ਮਿਲਟਰੀ ਬੇਸ ਪੁਆਇੰਟ ਵੀ ਹੈ ਕਿੱਥੇ ਆਪਾਂ ਫਸਟ ਏਡ ਵੀ ਹੈਗੀ ਫਸਟ ਏਡ ਵਗੈਰਾ ਲੈ ਸਕਦੇ ਹਾਂ ਕੋਈ ਮੈਡੀਸਨ ਆਕਸੀਜਨ ਵਗੈਰਾ ਦੀ ਪ੍ਰੋਬਲਮ ਹੋ ਰਹੀ ਹੈ ਬਾਕੀ ਰੈਸਟੋਰੈਂਟ ਵਗੈਰਾ ਵੀ ਹੈਗੇ ਬਾਕੀ ਅਗਰ ਕਹਿਣ ਜਗ੍ਹਾ ਸਾਊਥ ਪੁਲੂ ਰੈਸਟ ਵਗੈਰਾ ਕਰ ਸਕਦਾ ਅਗਰ ਵੈਸੇ ਤਾਂ ਇਹ ਲੇਹ ਤੋਂ ਅਬਾਊਟ 25 ਕਿਲੋਮੀਟਰ ਦੂਰ ਹੀ ਹੈ ਅਤੇ ਖਾਰਦੁੰਗਲਾ ਅਬਾਊਟ ਆਈ ਥਿੰਕ 40-50 ਕਿਲੋਮੀਟਰ ਹੈ ਕਿੱਥੇ ਕੀ ਆਪਾਂ ਆਪਣਾ ਪਰਮਿਟ ਚੈੱਕ ਕੀਤਾ ਜਾਂਦਾ ਕਿ ਖਾਰਦੁੰਗਲਾ ਜਾਣ ਖਾਰਦੁੰਗਲਾ ਹੋ ਗਿਆ ਨੁਬਰਾ ਵੈਲੀ ਹੋ ਗਿਆ ਪੈਂਗੋਂਗ ਜਾਣ ਲਈ ਪਰਮਿਟ ਬਣਾਉਣਾ ਪੈਂਦਾ ਲੇਹ ਤੋਂ ਅਬਾਊਟ ਪਰਮਿਟ ਦੇ ਚਾਰਜਸ ਆਈ ਥਿੰਕ ਅਬਾਊਟ 450 ਦੇ ਅਰਾਊਂਡ ਚਾਰਜਸ ਨੇ ਕਿਉਂਕਿ ਬੰਦਾ ਔਨਲਾਈਨ ਵੀ ਬਣਵਾ ਸਕਦਾ ਜਾਂ ਬੰਦਾ ਉੱਥੇ ਕੈਫੇ ਵਾਲੇ ਹੁੰਦੇ ਨੇ ਉਹਨਾਂ ਨੂੰ ਅਬਾਊਟ 150-100 ਰੁਪੀਸ ਲੈਂਦੇ ਨੇ ਉਹ ਵੀ ਬਣਾ ਕੇ ਦੇ ਦਿੰਦੇ ਨੇ ਬੈਟਰ ਹੈ ਕਿ ਕੈਫੇ ਵਾਲੇ ਤੋਂ ਵੀ ਬਣਵਾ ਲਏ ਕਈ ਵਾਰ ਆਪਣੇ ਤੋਂ ਗਲਤੀ ਹੁੰਦੀ ਡੇਟ ਵਗੈਰਾ ਵਗੈਰਾ ਦੀ ਉਹ ਸਾਹਮਣੇ ਤੁਸੀਂ ਕਿਹੜਾ ਦੇਖ ਰਹੇ ਹੋ ਉਹ ਸਿਆਚਿਨ ਬੋਰਡਰ ਆ ਗਿਆ ਕਿਹੜਾ ਪਾਕਿਸਤਾਨ ਦਾ ਬੋਰਡਰ ਹੈ ਕਿੱਥੇ ਆਰਮ ਫੋਰਸ ਆਪਣੀਆਂ ਰਹਿੰਦੀਆਂ ਨੇ ਆ ਸਾਰਾ ਵੈਸੇ ਸਿਆਚਿਨ ਦਾ ਬੇਸ ਪੁਆਇੰਟ ਹੀ ਆ ਗਿਆ ਕਿ ਡਾਊਨ ਵਾਲਾ ਆ ਗਿਆ ਕਿੱਥੇ ਇੱਕ ਸਾਲ ਆਰਮੀ ਫੋਰਸਿਸ ਦਾ ਡਾਊਨ 'ਚ ਰਹਿੰਦੇ ਨੇ ਇੱਕ ਸਾਲ ਉੱਤੇ ਸਿਆਚਿਨ ਉੱਤੇ ਬੋਰਡਰ 'ਤੇ ਰਹਿੰਦੀਆਂ ਨੇ ਮੇਨਲੀ ਵੀ ਆਰ ਐਕਸਪੀਰੀਅੰਸ ਦ ਸਨੋਫਾਲ ਬੜਾ ਮਜ਼ਾ ਆ ਰਿਹਾ ਸਨੋਫਾਲ ਦੇਖ ਕੇ ਫਸਟ ਟਾਈਮ ਐਕਸਪੀਰੀਅੰਸ ਕਰ ਰਿਹਾ ਸਨੋਫਾਲ ਇਹਦਾ ਸਨੋਫਾਲ ਦੇ ਵਿੱਚ ਰਾਈਡ ਕਰਨ ਦਾ ਤਾਂ ਅਲੱਗ ਹੀ ਮਜ਼ਾ ਆ ਰਿਹਾ ਠੰਡ ਵੀ ਲੱਗ ਰਹੀ ਹੈ ਬਟ ਐਕਸਪੀਰੀਅੰਸ ਇਹ ਬੜਾ ਘੈਂਟ ਹੈ ਫਾਈਨਲੀ ਖਾਰਦੁੰਗਲਾ ਟੌਪ ਆਫ ਦਾ ਵਰਲਡ ਹਾਈਐਸਟ ਮੋਟਰੇਬਲ ਪਾਸ ਇਨ ਦਾ ਵਰਲਡ ਉੱਥੇ ਹਾਂ ਪੂਰੀ ਸਨੋਫਾਲ ਹੋ ਰਹੀ ਹੈ ਬੜਾ ਘੈਂਟ ਐਕਸਪੀਰੀਅੰਸ ਹੋ ਰਿਹਾ ਮਿਲਟਰੀ ਬੇਸ ਪੁਆਇੰਟ ਵੀ ਹੈ ਉਰੇ ਬੜਾ ਘੈਂਟ ਹੈ
This is the power of the SBI. SBI ਦਾ ਇੱਥੇ ATM ਵੀ ਹੈ, ਵਰਲਡ ਹਾਈਐਸਟ ATM ਖਾਰਦੁੰਗਲਾ ਟੌਪ ਤੇ, ਤੇ ਇੱਕ ਖਾਰਦੁੰਗਲਾ ਕੈਫੇ ਆ ਕਿਹੜਾ ਵਰਲਡ ਹਾਈਐਸਟ ਕੈਫੇ ਇਨ ਦਾ ਵਰਲਡ, ਕਿਹੜਾ ਕਿ 18,380 ਫੁੱਟ ਤੇ ਹੈ। ਬੜਾ ਘੈਂਟ ਫੀਲ ਹੋ ਰਿਹਾ ATM ਤੇ ਕੈਫੇ ਦੇਖ ਕੇ। SBI ਨੇ ਇੱਥੇ ਵੀ ATM ਵੀ ਚੱਲ ਰਿਹਾ, ਈਵਨ ਕਿ BSNL ਦਾ ਟਾਵਰ, BSNL ਦੀ ਬੜੀ ਫੀਲ ਆ ਰਹੀ ਹੈ ਕਿ BSNL ਦੀ ਫੁੱਲ 4G ਰੇਂਜ ਆ ਰਹੀ ਆ। ਬੜਾ ਘੈਂਟ ਫੀਲ ਹੋ ਰਿਹਾ ਅਤੇ ਆ ਸਿਆਚਿਨ ਦਾ ਫੇਸ ਕੈਂਪ ਹੈ। ਵੈਲੀ ਲੇਹ ਲਦਾਖ, ਇਹ ਔਨ ਡੂ ਲੋਕੇਸ਼ਨ ਹੈ ਨੁਬਰਾ ਵੈਲੀ ਦੀ, ਅਤੇ ਮੇਨ ਨੁਬਰਾ ਵੈਲੀ ਦਾ ਸਪੋਰਟ ਹੈਗਾ ਹੰਡਰ ਵਿਲੇਜ ਹੈ। ਹੰਡਰ ਵਿਲੇਜ ਦੇ ਵਿੱਚ ਕੈਮਲ ਰਾਈਡ ਵਗੈਰਾ ਹੈਗੀ ਹੈ, ਬਾਕੀ ਕਾਫੀ ਐਕਟੀਵਿਟੀਜ਼ ਨੇ। ਬਾਕੀ ਇਹ ਵੀ ਇੱਥੇ ਵੀ ਉਸ ਤੋਂ ਪਹਿਲਾਂ ਵੀ ਜਾਂਦੇ ਹੁੰਦੇ ਰਸਤੇ 'ਚ, ਕਾਫੀ ਘੈਂਟ ਵਿਊ ਹੈ ਮਤਲਬ ਦੇਖ ਸਕਦੇ। ਇਹ ਹੈਗਾ ਨੁਬਰਾ ਵੈਲੀ ਦਾ ਹੰਡਰ ਵਿਲੇਜ, ਜਿੱਥੇ ਕਿ ਸੈਂਡਿਊਮਸ ਨੇ। ਇੱਥੇ ਤੁਸੀਂ ਕੈਮਲ ਰਾਈਡ AMG ਬਾਈਕ 'ਤੇ ਰਾਈਡਿੰਗ ਕਰ ਸਕਦੇ ਹੋ, ਅਤੇ ਸ਼ਾਮ ਨੂੰ ਇੱਥੇ 6-7 ਕਲਚਰ ਫੈਸਟੀਵਲ ਹੁੰਦਾ, ਉਹ ਵੀ ਇੰਜੋਏ ਕਰ ਸਕਦੇ। ਬਟ ਇਫ ਤੁਸੀਂ ਸਪੈਸ਼ਲ ਦਿਨ ਕੱਢ ਕੇ ਆ ਰਹੇ ਹੋ, ਅਕੋਰਡਿੰਗ ਟੂ ਮੀ ਇੰਨਾ ਕੋਈ ਵਰਥ ਵਾਚਿੰਗ ਤਾਂ ਹੈ ਨਹੀਂਗਾ। ਚਲੋ ਅਗਰ ਤੁਸੀਂ ਆਏ ਹੋ ਰਾਜਸਥਾਨ ਦੀ ਫੀਲ, ਠੰਡੇ ਕੋਲਡ ਡੈਜ਼ਰਟ ਦੀ ਫੀਲ ਤੁਸੀਂ ਲੈ ਸਕਦੇ ਹੋ। ਹੰਗਰ ਵਿਲੇਜ ਦੀ ਕੈਮਲ ਰਾਈਡ ਇਹ ਸ਼ਾਮ ਨੂੰ ਹੁੰਦੀ ਹੈ, ਸ਼ਾਮ ਨੂੰ ਕਾਫੀ ਜ਼ਿਆਦਾ ਇਕੱਠ ਹੁੰਦਾ ਹੈ। ਅਗਰ ਤੁਸੀਂ ਬਾਏ ਬਾਈਕ ਵਗੈਰਾ ਆ ਰਹੇ ਹੋ ਜਾਂ ਕਾਰ ਆ ਰਹੇ ਹੋ ਤਾਂ ਕੋਈ ਆਈ ਥਿੰਕ ਕੋਈ ਫਾਇਦਾ ਨਹੀਂ ਹੈਗਾ। ਇੱਥੇ ਮੋਸਟਲੀ ਜ਼ਿਆਦਾ ਉਹੀ ਆਉਂਦੇ ਨੇ ਬਾਏ ਏਅਰ ਵਾਲੇ ਆਉਂਦੇ ਨੇ, ਵਿਊ ਇੰਜੋਏ ਕਰਨ ਆ ਜਾਂਦੇ ਨੇ। ਜਿਹੜਾ ਬਾਏ ਏਅਰ ਹੁੰਦਾ, ਬਾਏ ਬਾਈਕ ਵਗੈਰਾ ਕਾਰ ਵਗੈਰਾ ਆਉਂਦਾ, ਉਹ ਤਾਂ ਪਹਿਲਾਂ ਹੀ ਸਾਰੇ ਵਿਊ ਵਗੈਰਾ ਇੰਜੋਏ ਕਰਕੇ ਆਉਂਦਾ, ਤਾਂ ਕਰਕੇ ਉਹਦਾ ਵੇਸਟ ਆਫ ਟਾਈਮ ਅਤੇ ਮਨੀ ਆ, ਕੋਈ ਫਾਇਦਾ ਨਹੀਂ ਹੈਗਾ ਉਰੇ ਆਉਣ ਦਾ। ਅਗਰ ਤੁਸੀਂ ਬਾਏ ਏਅਰ ਆ ਰਹੇ ਹੋ ਫਿਰ ਤੁਸੀਂ ਆ ਕੇ ਵਿਊ ਵਗੈਰਾ ਇੰਜੋਏ ਕਰ ਸਕਦੇ ਹੋ। ਬਾਕੀ ਇੱਕ ਹੋਰ ਪੈਂਗੋਂਗ ਲੇਕ ਵੀ ਜਾ ਸਕਦਾ, ਪੈਂਗੋਂਗ ਲੇਕ ਕਾਫੀ ਬਿਊਟੀਫੁੱਲ ਹੈ। ਉੱਥੇ ਬੰਦਾ ਕਾਫੀ ਕੁਛ, ਉੱਥੇ ਸਨਸੈਟ ਅਤੇ ਸਨਰਾਈਜ਼ ਕਾਫੀ ਬਿਊਟੀਫੁੱਲ ਹੁੰਦੇ ਕਹਿੰਦੇ, ਕਿ ਉਦੋਂ ਕਿ ਡਿਫਰੈਂਟ ਡਿਫਰੈਂਟ ਟਾਈਮ ਦੇ ਅਕੋਰਡਿੰਗ ਰਿਫਲੈਕਸ਼ਨ ਦੇ ਨਾਲ ਪਾਣੀ ਦਾ ਰੰਗ ਹੈ ਕਿਹੜਾ ਪੈਂਗੋਂਗ ਲੇਕ ਦਾ ਕਾਫੀ ਚੇਂਜ ਹੁੰਦਾ, ਅਤੇ ਉੱਥੇ ਆਪਾਂ ਚਾਈਨਾ ਬਾਰਡਰ ਵੀ ਦੇਖ ਸਕਦੇ ਹਾਂ। ਕਾਫੀ ਵਧੀਆ ਨੁਬਰਾ ਵੈਲੀ ਤੋਂ ਅਗਰ ਤੁਸੀਂ ਵਿਜ਼ਿਟ ਕਰਨਾ ਤਾਂ ਪੈਂਗੋਂਗ ਲੇਕ ਜ਼ਰੂਰ ਜਾਇਓ। ਪਰ ਛੋਟੇ ਟਾਈਮ ਮੈਂ ਤਾਂ ਜਾ ਨਹੀਂ ਰਿਹਾ ਹੈਗਾ ਕਿਉਂਕਿ ਟਾਈਮ ਦੀ ਕਮੀ ਹੈ, ਕਾਫੀ ਟ੍ਰਿਪ ਹੀ ਕਾਫੀ ਪਹਿਲਾਂ ਹੀ ਲੰਬਾ ਹੋ ਗਿਆ। ਪਰ ਪੈਂਗੋਂਗ ਲੇਕ ਜਾ ਸਕਦੇ ਹੋ ਤੁਸੀਂ, ਇਹ ਸਿੱਧਾ ਅਬਾਊਟ ਆਈ ਥਿੰਕ ਕਹਿੰਦੇ ਨੇ 200-250 ਕਿਲੋਮੀਟਰ ਦੇ ਅਰਾਊਂਡ ਹੈਗੇ ਆ ਲੇਹ ਤੋਂ।